ਚਾਰ ਕ ਕੱਪੜੇ ਨੇ ਪੈਸਾ ਮਾਰ ਕੇ ਸੂਟ ਜਾ ਸਿਉਣੀ ਆ, ਦੇਖਦੀ ਆ ਕਿੱਦਾਂ ਦਾ ਕੱਟਿਆ ਪਿਆ ਗਾ, ਪਤਾ ਨੀ ਕਹੀ ਜੀ ਸੈਂਤ ਦਾ ਕੱਟਿਆ ਗਾ, ਵਿੱਚੀ ਲੌਂਕੀ ਆਂਦਾ ਗਾ, ਬਣਾ ਕੇ ਪਰਾਂ ਕਰਦੀ ਆ, ਇਹਨਾਂ ਨੂੰ ਗਰਮੀ ਲੰਘ ਜੂਗੀ। ਦੇਸਾਂ ਦਾ ਪਾਣੀ ਪੀਤਾ ਭੈਂਸਾਂ ਨੇ, ਬੇਬੇ ਗਰਮੀ ਵਾਲੀ ਹੈਗੀ। ਹੋਰ ਆਟਾ ਚੱਕਤਾ ਸੀਗਾ? ਨਾ ਬੇਬੇ ਆਟਾ ਤਾਂ ਮੈਂ ਚੱਕਿਆ ਨੀ ਹੈਗਾ, ਮੈਂ ਤਾਂ ਸਾਰੇ ਹੀ ਲਾਤਾ ਸੀ। ਚੱਕਦੀ ਜੀ ਉਦੋਂ ਬੰਨਾ ਆਊਗਾ, ਮੈਂ 4 ਵਜੇ ਤਾਜ਼ੀਆਂ ਲਾਹਦੀ ਮੈਂ। ਨਾ ਬੇਬੇ ਮੈਨੂੰ ਐਂ ਦੱਸ, ਤਾਜ਼ੀਆਂ ਲਾਉਣ ਨੂੰ ਉਹ ਕੋਈ ਕਮਾਂਦਰਾ ਕਰਦਾ ਵੀ ਦੱਸ, ਉਹ ਪਟਵਾਰੀ ਲੱਗਿਆ ਹੋਇਆ ਹੈਗਾ। ਚੱਲ ਕੋਈ ਨੀ ਪੁੱਤ, ਉਹਨੇ ਕਦੇ ਖਾਧੀਆਂ ਨੀ ਹੈ ਠੰਡੀ ਤੇ ਤੇਲ ਰੋਟੀਆਂ। ਹੋਰ ਖਾਂਦਾ ਨੀ ਉਹ ਤੱਤੀਆਂ ਠੰਡੀਆਂ, ਜਿਹੜਾ ਬੰਦਾ ਤਾਂ ਦਿਨ ਰਾਤ ਕੰਮ ਕਰਦਾ ਉਹ ਤਾਂ ਪਰਖਦਾ ਨੀ ਤੱਤੀਆਂ ਠੰਡੀਆਂ, ਉਹ ਜ਼ਿਆਦੇ ਕਰਦਾ ਗਾ, ਦੱਸਦੀ ਉਹ ਕਮਾਂਦਰਾ ਕਰਦਾ। ਕੋਈ ਨਾ ਪੁੱਤ, ਫਿਰ ਕੀ ਹੋ ਗਿਆ, 2 ਰੋਟੀਆਂ ਮੈਂ ਲਾ ਦੂ। ਬੇਬੇ ਇੰਨਾ ਨਾ ਚਮੜਾ ਉਹਨੂੰ, ਅੱਜ ਦਾ ਚਮੜਾ ਹੋਇਆ ਕੱਲ ਨੂੰ ਤੈਨੂੰ ਦੁੱਖ ਦੇਊਗਾ। ਕੋਈ ਨੀ ਪੁੱਤ, ਫਿਰ ਕੀ ਹੋ ਗਿਆ, ਮੈਨੂੰ ਤਾਂ ਦੋਨੇ ਇੱਕੋ ਜਿਹੇ ਨੇ, ਆਪੇ ਉਹ ਕਰਨ ਲੱਗ ਜੂਗਾ। ਲੱਗ ਜੂਗਾ ਹੌਲੀ ਹੌਲੀ ਕਰਨ, ਉਹਦੇ ਦੁੱਧ ਦੇ ਦੰਦ ਨੀ ਟੁੱਟੇ ਹਲੇ। ਕੋਈ ਨੀ ਪੁੱਤ, ਵਿਆਹ ਆਪੇ ਕਰੂਗਾ, ਅਗਲੇ ਤਾਂ ਤੁਹਾਨੂੰ ਕਰਨਾ। ਬਿਨਾ ਕੰਮ ਤੋਂ ਕੋਈ ਕੁੜੀ ਨੀ ਦਿੰਦਾ ਉਹਨੂੰ। ਚੱਲ ਕੋਈ ਨਾ ਪੁੱਤ, ਫਿਰ ਕੀ ਹੋ ਗਿਆ। ਹੋ ਗਿਆ ਫਿਰ ਕੀ, ਕਿੱਥੇ ਤਾਂ ਬੇਬੇ ਤੂੰ ਸਮਝਾਉਣਾ ਸੀ ਵੀ ਪੁੱਤ ਕੰਮ ਧੰਦਾ ਕਰਿਆ ਕਰ, ਕੰਮ ਤੋਂ ਬਗੈਰ ਕੋਈ ਰੋਟੀ ਨੀ ਦਿੰਦਾ ਹੈਗਾ ਤੈਨੂੰ। ਪੁੱਤ ਐਂ ਤਾਂ ਵਧੇਰਾ ਮੱਥਾ ਮਾਰਦੇ ਆ। ਨਾ ਮੇਰੀ ਗੱਲ ਸੁਣ, ਉਹ ਬੰਦਾ ਨੀ ਹੈਗਾ, ਸਾਰਾ ਦਿਨ ਖਪਦਾ ਗਾ ਖੇਤ ਦੇ ਵਿੱਚ। ਉਹ ਵੀ ਮੈਨੂੰ ਤਾਂ ਆਇਆ ਸੀ, ਉਹ ਵੀ ਮੈਨੂੰ ਬਗਾਨਾ, ਉਹ ਵੀ ਮੇਰਾ ਪੁੱਤ ਹੈ। ਹੁਣ ਇੱਕ ਮੁੱਕ ਵੇਸ ਨਾਲ ਰੱਖਦਾ ਕਿਵੇਂ ਹੁੰਦਾ ਇਹਨੇ, ਪਹਿਲਾਂ ਜਿਵੇਂ ਕਈ ਨੀ ਕੰਮ, ਹੁਣ ਆਪੇ ਲੱਗ ਜੂ ਜਦੋਂ ਵਿਆਹ ਗਿਆ। ਵਿਆਹ ਗਿਆ ਮਾਂ ਪਿਓ ਦੇ ਸਾਰੇ ਹੁੰਦਾ ਪੁੱਤ, ਜੋ ਕੋਈ ਜਵਾਕ ਆਪ ਹੀ ਜੱਜਦਾ ਹੋਵੇ ਨਾ, ਆਪ ਹੀ ਨਾ ਕੰਮ ਕਰੇ, ਦੋਨੇ ਭਾਈ ਗਿਆ ਜਾਣ। ਹੁਣ ਮੇਰਾ ਬੇਬੀ ਤੇ ਦਿਮਾਗ ਦਾ ਚੱਲ ਬੇਬੇ, ਮਾੜਾ ਮੋਟਾ ਸਮਝਾ ਤਾਂ ਸਕਦੀ ਆ ਵੀ ਭਾਈ ਕੰਮ ਤੋਂ ਬਗੈਰ ਰੋਟੀ ਨੀ ਮਿਲਦੀ ਹੈਗੀ। ਕੋਈ ਪੁੱਤ ਸਮਝਾਉਂਗੀ, ਜੇ ਆਕੇ ਲੱਗ ਜੂਗਾ ਕਹੂੰਗੀ ਮੈਂ। ਬੋਲੇ ਮਾਨਸਾ, ਜੇ ਮੈਂ ਮੁੰਡਾ ਕੰਮ ਕਰੇ ਕਿਉਂ ਚਿੱਤਰ ਖਾਵੇ, ਨਾ ਮੇਰੇ ਬਣਵਾਵੇ, ਹੈਂ ਡੱਕਾ ਨੀ ਤੋੜਦਾ। ਇਹ ਤਾਂ ਇਹੀ ਚੰਗੇ ਨੇ ਜਿਹੜੇ ਬੋਲਦੇ ਨੀ ਹੈਗੇ। ਬਾਲੀ ਗਰਮੀ ਪਈ ਜਾਂਦੀ ਆ ਜੀਵਨ, ਵੱਟ ਕੱਢੇ ਪੈਰ ਆਪਣੇ ਹਨਾ। ਹੋਰ ਯਾਰ, ਇੱਕ ਦਰਖਤ ਦਰੁਖਤ ਵਾਲੇ ਕੱਟੇ ਗਏ ਤਾਂ ਕਰਕੇ ਆ, ਪਿਛਲੀ ਵਾਰ ਤੇ ਜੀ ਉਧਰ ਭੱਗ ਗਏ ਵੀ ਸਿਮਲੇ ਬੰਨੀ, 10-12 ਦਿਨ ਨਜ਼ਾਰੇ ਲੈ ਕੇ ਆਏ ਤਾਂ। ਐਤਕੀ ਚੱਲੀਏ? ਐਤਕੀ ਤਿਆਰੀ ਆ ਵੀ ਸਾਡੀ ਤਾਂ ਬਿੱਟੂ ਫੱਜ ਦੀ ਗੱਡੀ ਤਿਆਰ ਹੈਗੀ। ਅੱਛਾ, ਮੈਨੂੰ ਵੀ ਲੈ ਜਾ ਯਾਰ। ਬਈ ਲੈ, ਪੈਸੇ ਤਿਆਰ ਕਰ, ਤੂੰ ਬਾਅਦ ਚੱਲੀ 5-7 ਹਜ਼ਾਰ ਦੀ ਤਿਆਰੀ ਕਰ। ਆਪਾਂ ਤਾਂ ਬੇਬੇ ਦੀ ਫੜਨੇ ਆ। ਫੜ ਫਿਰ ਤਿਆਰੀ ਰੱਖ, ਨਾ ਤੇਰਾ ਲਿਖ ਲਾਂਗੇ। ਪੱਕਾ ਲਿਖ ਲਈ ਬਾਈ? ਪੱਕਾ ਪੱਕਾ। ਇੱਕ ਪਹਿਲਾਂ ਤੂੰ ਦਾੜੀ ਕਿਸ ਨਾਲ ਕਟਾਇਆ ਕਰ, ਚੰਗਾ ਆ ਚਿਹਰਾ ਚੁਰਾ ਸਾਫ ਕਰਾ ਦਿਆ ਕਰ, ਤੇ ਵਧੀਆ ਲੱਗਦਾ ਤੇਰੇ। ਮੈਂ ਨਹੀਂ ਕਟਾਉਂਦਾਗਾ। ਹਾਂ ਹਾਂ ਹਾਂ, ਕਰ ਲਈ ਤਿਆਰੀ, ਕੋਈ ਨੀ ਚੱਲਾਂਗੇ ਪੱਕਾ ਵੀ, 2-4 ਦਿਨਾਂ ਤੱਕ ਹੀ ਜਾਣਾਗਾ। ਠੀਕ ਆ। ਆਮ ਨਾ ਕੀ ਕਰੀਏ ਨੇ ਪੁੱਤ? ਕੁਛ ਨੀ ਬੇਬੇ, ਮੈਂ ਤਾਂ ਚਾਹ ਜੀ ਧਰੀ ਸੀ, ਧਰ ਵੀ ਹੈ ਧਰਤੀ। ਹਾਂ ਲੱਭ ਤਾਂ ਬਣੇ ਘਰ ਦੇ ਰੋਜ਼ ਹੋ ਕੇ ਜਿਹੜੀ ਸੀ। ਤੂੰ ਐਂ ਕਰਾ, 2 ਬਾਟੀਆਂ ਤਾਂ ਉੱਥੇ ਲੈ ਚੱਲ, ਮੈਂ ਚਾਹ ਲੈ ਕੇ ਆਉਣੀ ਆ, ਨਾਲੇ ਪਾਪਾ ਪੀ ਲਾਂਗੇ, ਨਾਲੇ ਰਣਜੀਤ ਨੂੰ ਫੜਾ ਆਈ ਚਾਹ। ਨਾ ਕੋਈ ਪੁੱਤ, ਮੈਂ ਫੜਾ ਆਉਂਗੀ, ਚੱਲ ਮੈਂ ਲੈ ਕੇ ਆਉਣੀ ਆ। ਲੈ ਵੀ ਘਰੇ ਜਾ ਕੇ ਲਾਉਣੇ ਆ ਕੋਈ ਸੀਫ, ਗਰਮੀ ਵਾਲੀ ਆ, ਹਿਮਾਚਲ ਕਣੀ ਜਾਂਦੇ ਆ ਘੁੰਮਣ, ਇੱਥੇ ਨਹੀਂ ਆਪਣਾ ਲੋਟ ਲੱਗਦਾ, ਗਰਮੀ ਵਾਲੀ ਆ। ਚੱਲ ਬੇਬੇ ਨੂੰ ਪੁੱਛਦੇ ਆ 5-7 ਹਜ਼ਾਰ ਰੁਪਇਆ, ਫਿਰ ਚੱਲਾਂਗੇ ਬਾਹਰ। ਓ ਹੋ, ਲੋੜਾ ਆ ਗਿਆ ਜਮੀ, ਬਾਹਲੀ ਗਰਮੀ ਹੈ, ਅੱਗ ਹੀ ਲਾ ਰੱਖੇ ਜਮਾ, ਆ ਗਏ ਕਾਲੇ ਖਰਚ ਕੇ, ਤੜਕੇ ਦਾ ਨਿਕਲਿਆ ਘਰੋਂ। ਉਹ ਕਿੱਥੇ ਕੋਲੇ ਕੱਛਣ ਗਿਆ ਬੇਬੇ, ਇੱਥੇ ਗਿਆ ਸੀ 11 ਦੋਸਤਾਂ ਲਵੇ। ਯਾਰ ਉਹਦੇ ਪਿੰਡ ਨਾਲ ਤੁਰਿਆ ਫਿਰਦਾ, ਕੋਈ ਪਸ਼ੂਆਂ ਦੇ ਹੱਥ ਲਾ ਲੈ, ਹੈ ਮੁੰਡਾ ਕਿੰਨਾ ਕੁ ਕਰੂਗਾ, ਕੰਨਾ ਖੇਤ ਚ ਹੈ ਜਮੀਨ ਕੰਮ ਕਰਦਾ ਕੋਈ। ਬੇਬੇ ਮੈਨੂੰ ਨਾ ਕੰਮ ਨੂੰ ਕਿਹਾ ਕਰੋ, ਨਾ ਮੈਥੋਂ ਕੰਮ ਹੋਵੇ, ਮੈਂ ਤਾਂ ਐਸ਼ ਕਰਨੀ ਆ। ਠੀਕ ਆ, ਐਸ਼ ਕਰਨੀ ਹੈ, ਕੰਮ ਨਾਲ ਹੀ ਐਸ਼ ਹੋਊਗੀ, ਫਿਰ ਵੇਲੇ ਨੂੰ ਕੋਈ ਕੰਮ ਨੂੰ ਮਿਲਦਾ। ਗੱਲ ਸੁਣ ਬੇਬੇ ਮੇਰੀ, ਮੈਨੂੰ ਘੱਟੋ ਘੱਟ 5-7 ਹਜ਼ਾਰ ਰੁਪਇਆ ਦੇ, ਮੈਂ ਘੁੰਮਣ ਜਾਣਾ। ਘੁੰਮਣਾ ਪੈ ਗਈ ਰਿਸ਼ਤੇਦਾਰੀ ਆ,
ਉੱਥੇ ਕੀ ਲੈਣ ਜਾਵੇਗਾ ਤੂੰ? ਉਹ ਘੁੰਮਣ ਨੀ ਬੇਬੇ, ਸ਼ਿਮਲੇ ਕਣੀ ਜਾਵਾਂਗੇ। ਇੰਨੀਆਂ ਗੱਲਾਂ ਨਾ ਕਰ, ਕੀ ਸ਼ਿਮਲੇ ਦਾ ਸਿੱਧਾ ਕੋਈ ਕੰਮ ਕਾਰ ਕਰੇ। ਮੈਂ ਪੈਸੇ ਕਰ ਲਾਂਗੇ ਬੇਬੇ, ਸਾਰੀ ਜ਼ਿੰਦਗੀ ਪਈ ਆ ਕੰਮ ਕਰਨ ਨੂੰ, ਪੈਸੇ ਮੈਂ ਕਿੱਥੇ ਦੇਵਾਂ? ਲੈ ਬੇਬੇ ਚਾਹ ਪੀ ਲੈ। ਗਿਆ ਪਾ ਲੈ ਪੁੱਤ। ਬੱਲੇ ਤੂੰ ਪੀਵੇਂਗਾ ਚਾਹ? ਮੈਂ ਨਹੀਂ ਪੀਂਦਾ, ਮੈਂ ਤਾਂ ਠੰਡਾ ਪੀ ਕੇ ਆਇਆ। ਪੀ ਕੇ ਆਇਆ ਠੰਡਾ? ਚੱਲ ਫਿਰ ਐਂ ਕਰ, ਆ ਚਾਹ ਫੜਾ ਕੇ ਤੇਰੇ ਬਾਈ ਦੀ ਖੇਤ। ਮੈਂ ਇੱਥੋਂ ਨਹੀਂ ਫੜਾਈ ਦੀ, ਅਸੀਂ ਤਾਂ ਗੱਡੀ ਧਵਾ ਕੇ ਲਿਆਉਣੇ ਆ। ਮੈਂ ਤਾਂ ਬਾਹਰ ਜਾਣਾ ਸ਼ਿਮਲੇ। ਜਾਣਾ ਤਾਂ ਸ਼ਿਮਲੇ? ਮੈਂ ਤੁਹਾਨੂੰ ਕਿੰਨੇ ਵਾਰੀ ਕਹਿਤਾ ਮੈਨੂੰ ਕੰਮ ਨੂੰ ਕਿਹਾ ਨਾ ਕਰੋ ਤੁਸੀਂ। ਆ ਲੈ ਬੇਬੇ ਤੂੰ ਪੀ ਕੇ ਚਾਹ, ਫਿਰ ਤੂੰ ਫੜਾ ਲੈ। ਤੂੰ ਵਿੱਚ ਹੀ ਪਾ ਦੇ ਚਾਹ, ਮੈਂ ਆ ਕੇ ਪੀਊ। ਮੈਂ ਫੜਾਇਆ ਤੂੰ ਬੋਲੋ ਨਾ ਤੁਸੀਂ। ਚੱਲ ਫੜਾਇਆ ਫਿਰ। ਹਾਂ ਮੈਂ ਪੀ ਲਾ, ਇੱਕ ਬਾਟੀ ਲੈ ਜਾ। ਮੈਂ ਫੜਾਇਆ ਹੂੰ ਕੋਈ। ਨਾਲੇ ਮੇਰੀ ਗੱਲ ਸੁਣ ਲਾ ਭਾਈ, ਐ ਕੰਮ ਨਹੀਂ ਚੱਲਦਾ। ਕੰਮ ਦਾ ਤੂੰ ਰੱਖਾ ਨਹੀਂ ਤੋੜਦਾ, ਖਾਣ ਨੂੰ ਤੂੰ ਭਾਲ ਦਾਂਗਾ, ਪੈਸੇ ਭਾਲ ਦਾ ਸਾਰਾ ਦਾ। ਮੇਰੀ ਗੱਲ ਸੁਣ ਲਓ, ਮੈਂ ਤਾਂ ਕੰਮ ਕਰਦਾ ਹੀ ਨਾ ਕਰਾਂ, ਅੱਜ ਨਾ ਕਰਾਂ ਸਵੇਰੇ। ਭਾਬੀ ਤੂੰ ਤਾਂ ਨਾਲੇ ਮੈਨੂੰ ਜਮੀ ਨਾ ਕਿਹਾ ਕਰ। ਨਾ ਮੇਰੀ ਗੱਲ ਸੁਣ, ਅਸੀਂ ਸਾਰਾ ਦਿਨ ਕੰਮ ਕਰਦੇ ਆ, ਉਹ ਖੇਤ ਖੱਪਦਾ, ਮੈਂ ਘਰੇ ਖੱਪਦੀ ਆ। ਫਿਰ ਮੇਰੇ ਖਾਤਰ ਖੱਪਦੇ ਹੋ? ਪੈਸੇ ਵੀ ਤੁਸੀਂ ਲੈਨੇ ਹੋ? ਲੈਨੇ ਆ ਪੈਸੇ? ਆ ਜਿਹੜੇ ਤੂੰ ਲੈ ਕੇ ਜਾਂਦਾ ਉਹ ਕਿੱਥੋਂ ਆਉਣੇ ਨੇ ਪੈਸੇ? ਤੁਸੀਂ ਮੈਨੂੰ ਕਿੱਦੇ ਦਿੱਤੇ ਚੈੱਕ? ਤੇ ਜੇ ਉਹ ਮੰਗੀ ਆਉਂਦਾ ਸੀ ਬੇਬੇ ਤੋਂ ਚੈੱਕ, ਇਹ ਸਾਥ ਹੀ ਲਾਉਂਗੇ। ਬੇਬੇ ਤੋਂ ਕਦੋਂ ਮੰਗਿਆ ਮੈਂ? ਮੰਗਿਆ ਨੀ ਤੂੰ ਬੇਬੇ ਤੋਂ, ਸਾਰਾ ਪਤਾ ਮੈਨੂੰ ਜਿੱਥੇ ਤੁਸੀਂ ਫਿਰਦੇ ਹੋ। ਮੈਨੂੰ ਨੀ ਕਹਿਣਾ, ਮੈਂ ਤਾਂ ਬਾਹਰ ਜਾਂਦਾ ਗਾ, ਮੈਂ ਤਾਂ ਆਉਂਦਾ ਨੀ ਘੱਟੋ ਘੱਟ ਮਹੀਨਾ। ਜਾ ਨਿਕਲ ਜਾ, ਜਿੱਥੇ ਲਿਜਾਣਾ ਲੈ ਜਾ, ਅਸੀਂ ਦਿੰਦੇ ਨੀ ਹੈਗੇ ਪੈਸੇ। ਤੇਰੀ ਮਾਂ ਨੇ ਚਮੜਾ ਰੱਖਿਆ ਤੂੰ? ਭਾਬੀ ਮੇਰੇ ਨਾਲ ਵੱਧ ਘੱਟ ਗੱਲ ਨਾ ਕਰ, ਮੈਂ ਤਾਂ ਐਸ਼ ਕਰਨੀ ਆ। ਕਰਨੀ ਆ ਇਹਨੇ ਐਸ਼? ਦੂਜੇ ਦੇ ਸਿਰ ਤੇ ਐਸ਼ ਕਰੀ ਦੀ ਹੁੰਦੀ ਆ? ਆਪਦੀ ਕਮਾਈ ਕਰ, ਐਸ਼ ਕਰ। ਮੈਂ ਕਿਹੜਾ ਤੁਹਾਡੇ ਸਿਰ ਤੇ ਐਸ਼ ਕਰਦਾ? ਮੈਂ ਤਾਂ ਆਪਦੀ ਜ਼ਮੀਨ ਸਿਰ ਤੇ ਐਸ਼ ਕਰਦਾ। ਕਰਦਾ ਜ਼ਮੀਨ ਦੇ ਸਿਰ ਤੇ ਐਸ਼? ਜ਼ਮੀਨ ਕਿਹੜਾ ਖਾਲੀ ਪਈ ਪੈਸੇ ਦੇ ਦਿੰਦੇ ਆ? ਉਹ ਦਿਨ ਰਾਤ ਮਿੱਟੀ 'ਚ ਮਿੱਟੀ ਹੁੰਦਾ ਗਾ। ਮੈਂ ਕਹਿੰਦਾ ਸੋਥੋਂ ਪੈਸੇ ਮੰਗਦਾ? ਮੈਂ ਤਾਂ ਮੇਰੇ ਆਪਦੇ ਭਾਈ ਤੋਂ ਪੈਸੇ ਮੰਗਦਾ, ਜਾਂ ਮੇਰੀ ਮਾਂ ਤੋਂ ਪੈਸੇ ਮੰਗਦਾ। ਮੰਗਦਾ ਤੂੰ ਭਾਈ ਤੋਂ ਪੈਸੇ? ਤੇ ਹੁਣ ਮੰਗ ਲਈ, ਲੈ ਲਈ ਡਾਲ, ਮੈਂ ਮਾਈ ਦਾ ਫਾਇਦਾ ਉਠਾਈ ਜਾਂਦਾ ਉਹਦਾ। ਨਾਲੇ ਮੇਰੀ ਗੱਲ ਸੁਣ, ਮੇਰੇ ਸਿਰਾਂ ਨੇ ਬੈਠਾ ਬੋਲੀ ਨਾ, ਚੱਲ ਜਾ ਚੁੱਪ ਕਰਕੇ ਵਗ ਜਾ। ਲੱਗਿਆ ਪਿਆ ਬੋਲਣ, ਸਿਰੇ ਸਿਰ ਚੜਦਾ ਜਾਂਦਾ ਗਾ, ਚੁੱਪ ਕਰਕੇ ਉਹਦਾ ਅੱਡ ਹੋ ਜਾ, ਫਿਰ ਪਤਾ ਲੱਗੂ ਵੀ ਕਿਹਦੇ ਸਿਰ ਤੇ ਐਸ ਕਰ ਦਾਂਗਾ ਤੂੰ। ਨਾਲੇ ਆਉਣ ਦੇ ਉਹਨੂੰ, ਉਹਨੂੰ ਵੀ ਮੈਂ ਕਹਿਣੀ ਆ ਅੱਜ ਤੋਂ ਬਾਅਦ ਕੋਈ ਪੈਸਾ ਨਹੀਂ ਦੇਣਾ ਇਹਨੂੰ। ਉਹ ਤਾਂ ਕਦੇ ਮਾਨਸਾ ਨਹੀਂ ਟੱਪਿਆ, ਇਹ ਕਹਿੰਦਾ ਨਾ ਘੁੰਮਣ ਜਾਣਾ ਸਿਮਲੇ, ਬੱਚੇ ਬੈਠੇ ਜਾਣਾ ਪਊਗਾ। ਗਾਰਾ ਬਾਰਾ ਪਿਆ ਗਿਆ, ਹਲੇ ਬਾਹਲਾ ਕਿੱਲਾ ਪਿਆ। ਅੱਜ ਬਾਅਦ ਕਿੱਲਾ ਖਪਾ ਕੌਣ ਹੋ ਜਾਂਦਾ? ਜੇ ਬੱਲਾ ਕਿਤੇ ਨਾ ਕਰਾਵੇ, ਅੱਜ ਨੂੰ ਕਿੱਲਾ ਤੋਂ ਕੋਲੇ ਬਹਿ ਨਾ ਲੈ ਲਾਂਦੇ, ਨਹੀਂ ਰਲ ਕੇ ਦੋਨੇ ਭਾਈ ਕਰਨ। ਪਰ ਇੱਕ ਚਾਰਾ ਜਿਹਾ ਰਹਿ ਗਿਆ, ਇਹ ਵੀ ਰਾਮ ਜੂਗਾ, ਫੜਾ ਕੇ ਆਵਾਂ। ਰਣਜੀਤ, ਰਣਜੀਤ! ਹਾਂ ਬੇਬੇ। ਆਹ ਚਾਹ ਲੈ ਜਾ ਪੁੱਤ, ਮੈਂ ਚੁੱਪ ਖਾਣ ਨਹੀਂ ਟੱਪੇ ਜਾਣਾ। ਮੈਨੂੰ ਫੋਨ ਕਰ ਦਿੰਦੇ, ਮੈਂ ਘਰੀ ਆ ਜਾਂਦਾ। ਚੱਲ ਮਾਂ ਕਿੱਥੇ ਆਊਗਾ ਜਵਾਕ, ਮੈਂ ਕਿਹਾ ਪਾਣੀ ਲਾਈ ਜਾਂਦਾ। ਸਿਖਰ ਦੁਪਹਿਰਾ ਹੋਇਆ ਪਿਆ, ਬੱਲਾ ਹੋਈ ਨੀ ਜੇ ਉਹਨੂੰ ਫੜਾ ਕੇ ਭੇਜ ਦਿੰਦੇ। ਬੱਲਾ ਹੁਣੀ ਗਰਮੀ ਜੋ ਆਇਆ ਜੀ ਪੁੱਤ, ਕਹਿੰਦਾ ਮੈਂ ਤੂੰ ਜਾਈਦਾ ਨੀ, ਮੈਂ ਕਿਹਾ ਕਿ ਮੈਂ ਫੜਾ ਆਉਂਦਾ। ਗਰਮੀ ਨੂੰ ਵਿਹਲਾ ਤਾਂ ਫਿਰਦਾ ਰਹਿੰਦਾ, ਉਹਨੂੰ ਫੜਾ ਕੇ ਭੇਜ ਦਿੰਦੀ। ਆਖੇ ਲੱਗਿਆ, ਚੱਲ ਚੰਗਾ ਵਗ ਗਿਆ, ਚੱਲ ਮੈਂ ਲਿਆਉਂਗਾ ਭਾਂਡੇ। ਮੈਂ ਕਾਕੂ ਕੁਝ ਪਾਉਣਾ ਪੁੱਤ, ਫਿਰ ਮੈਂ ਰਲਾ ਦੂੰਗਾ ਤੂੰ ਦੱਸ, ਨਹੀਂ ਰੋਣ ਮੈਨੂੰ ਤਾਂ ਆਜੂ ਮੈਂ। ਨਾ ਕੋਈ ਨੀ, ਤੇਰਾ ਟਾਈਮ ਤਾਂ ਆ ਜੀ, ਨਹੀਂ ਫਿਰ ਮੈਂ ਪਾ ਦੂੰ। ਹੋਰ ਕੋਈ ਗੱਲ ਨੀ, ਆਉਣਾ ਮੈਂ, ਬਸ ਇੱਕ ਚਾਰਾ ਜਿਹਾ ਰਹਿ ਗਿਆ, ਮੈਂ ਅੱਜ ਆਉਂਗਾ। ਕੋਈ ਨੀ, ਬਾਹਲੀ ਗਰਮੀ ਹੈ, ਸਿਰ ਮੱਚ ਗਿਆ, ਪਤਾ ਨੀ ਕਿਵੇਂ ਝੋਨਾ ਲਾਉਂਦੇ ਨੇ। ਆ ਗਈ ਬੇਬੇ ਤੂੰ? ਆ ਗਈ ਪੁੱਤ, ਪੀ ਲਈ ਸੀ ਚਾਹ ਰਣਜੀਤ ਨੇ? ਮੈਂ ਫੜਾ ਕੇ ਆ ਗਈ ਜੀ ਪੁੱਤ। ਚੱਲ ਪੀ ਲੂਗਾ ਫਿਰ। ਹਾਂ ਮੈਂ ਆਪੇ ਪਾ ਕੇ ਪੀ ਲੂ, ਫਿਰ ਮੈਂ ਗੱਕ ਪਵਾ ਦੂੰਗਾ ਜਾ ਕੇ। ਆ ਚਾਹ ਪਾਵਾਂ ਬੇਬੇ? ਨਹੀਂ ਤੂੰ ਪਾ ਲਾ ਇੱਥੋਂ। ਮੈਂ ਕੋਈ ਨੀ ਪੁੱਤ, ਪਾ ਲੈਂਦੀ ਮੈਂ, ਦੇਖ ਲਾ ਠਰੀ ਤਾਂ ਨੀ ਹੈਗੀ, ਨਹੀਂ ਮੈਂ ਗਰਮ ਕਰ ਲਿਆ। ਮੈਂ ਕੋਈ ਸੰਦੀ ਲੋਟ ਹੈਗੀ।
ਤੈਨੂੰ ਬਾਅਦ ਪਤਾ ਚੱਲ ਜੀ? ਨਾ ਨਾ ਮੈਂ ਤਾਂ ਪੀ ਲਈ ਸੀ, ਹੋਰ ਕਾਹਨੂੰ ਪੀਨੇ, ਤੇਜ਼ਾਬ ਤਾਂ ਬਣਦਾ ਵਾਧੂ ਬਸ, ਇੱਕ ਆਪਾਂ ਨੂੰ ਫਿੜਕ ਪਈ ਹੋਈ ਹੈ ਨਾ ਮੁੜਿਆ, ਮੈਨੂੰ ਚੱਲ ਕਾਕੂ ਪਾਉਣ ਆਏ ਪਏ ਨੇ। ਨਾ ਸੰਨੀ ਤਾਂ ਮੈਂ ਆਪੀ ਰਲਾ ਦੂੰਗੀ, ਤੇ ਬੇਬੇ ਮੇਰੀ ਗੱਲ ਸੁਣ ਲਾ ਨਾਲੇ, ਆ ਬੱਲਾ ਮੇਰੇ ਨਾਲ ਨਾ ਵੱਧੋ ਵੱਧ ਲੜ ਕੇ ਗਿਆ ਗਾ, ਭਾਈ ਐ ਨੀ ਕੰਮ ਚੱਲਦਾ, ਚੁੱਪ ਕਰਕੇ ਅੱਡ ਹੋਇਓ ਫਿਰ। ਕੋਈ ਨੀ ਪੁੱਤ ਮੈਂ ਸਮਝਾ ਦੂੰਗੀ। ਸਮਝਾ ਦੇਂਗੀ ਤੂੰ? ਨਾਲੇ ਤਾਂ ਉਲਟੇ ਕੋਲੋਂ ਖਵਾਉਂਦੇ ਆ, ਨਾਲੇ ਸਿਰ ਤੇ ਲੱਤ ਰੱਖਦਾ। ਕੋਈ ਨੀ ਪੁੱਤ ਮੈਂ ਕਹਿ ਦੂ ਉਹਨੂੰ, ਚੱਲ ਤੂੰ ਚੁੱਪ ਕਰ ਜਾ ਕਰ, ਮੈਂ ਕੋਈ ਇਹਦੇ ਫਿਰ ਤੂੰ ਸੁਣੂਆ ਕਰਾ ਦੇ, ਕੋਈ ਰਿਸ਼ਤਾ ਕਰਾ ਦੇ, ਮੇਰਾ ਗਾੜਾ ਸੁੱਕ ਜੂਗਾ। ਕਿੱਥੋਂ ਕਰਵਾ ਦਾ ਮੈਂ ਰਿਸ਼ਤਾ? ਜੱਸੂ ਦਾ ਰਿਸ਼ਤਾ ਕਰਾ ਦੇ ਪੁੱਤ, ਆਪੇ ਕੰਮ ਕਰਨ ਲੱਗ ਜੂਗਾ। ਕਿਉਂ ਜੱਸੂ ਮੈਂ ਵਸਾਉਣੀ ਹੈ, ਪਹਿਲਾਂ ਇਹਨਾਂ ਨੂੰ ਤੁਹਾਨੂੰ ਦੋਨੋਂ ਰੋਟੀਆਂ ਖਵਾਉਣਾ, ਫਿਰ ਤਿੰਨ ਹੋ ਜਾਣਗੇ। ਇਹ ਤਾਂ ਪੁੱਤ ਆਪੇ ਕਰੂਗਾ, ਜਦੋਂ ਨੱਥ ਪੈਗੀ। ਕੋਈ ਨੀ ਪੈਂਦੀ ਨੱਥ, ਨੱਥ ਵੱਡੇ ਵੱਡੇ ਸਿੱਧੇ ਹੋ ਜਾਂਦੇ ਨੇ, ਕਿਤੇ ਵਿਚਾਰਾ ਹੈਗਾ। ਜੇ ਕੰਟਰੋਲ ਹੋਵੇ ਨਾ ਮਾੜਾ ਮੋਟਾ, ਫਿਰ ਸੁਧਰਦਾ ਹੁੰਦਾ। ਤੇਰਾ ਤਾਂ ਜ਼ਮੀਨਦਾਰ ਨੀ, ਤੂੰ ਤਾਂ ਸਾਰਾ ਦਿਨ ਕੋਈ ਇਹ ਨਿਆਣਾ ਤਾਂ ਹੈ ਨੀ, ਇਹਨੂੰ ਮਾੜਾ ਮੋਟਾ ਘੂਰ ਵੀ ਸਕਦੀ ਆ, ਸਮਝਾ ਸਕਦੀ ਆ, ਵੀ ਭਾਈ ਸਿੱਧਾ ਹੋ ਕੇ ਕੰਮ ਤੇ ਲੱਗ। ਕੋਈ ਨੀ ਪੁੱਤ ਮੈਂ ਖੜਕਾਉਂ ਉਹਨੂੰ, ਆ ਜਾਂਦੇ। ਇੱਧਰ ਗਿਆ ਹੋਣਾ, ਇੱਧਰ ਉੱਜੜ ਗਿਆ ਹੋਣਾ ਕਿਸੇ ਦੇ ਨਾਲ, ਹੋਰ ਉਹਨੇ ਦੱਸਦੇ ਕਿ ਕਮਾਂਦਰਾ ਕਰਨਾ ਕੋਈ, ਹੁਣ ਤੇਰੇ ਬੇਟੇ ਦਾ ਪ੍ਰਯੋਗ ਕਰਦਾ, ਨਾ ਤਾਂ ਪੁੱਤ ਆਪ ਛਿੱਤਰ ਖਾਂਦਾ, ਨਾ ਮਾਤਰ ਦੇ ਆਉਂਦਾ, ਜੇ ਕੰਮ ਕਰੇ ਉਹ ਕੱਲਾ ਮੁੰਡਾ ਖਾ ਪੀ ਜਾਂਦਾ ਖੇਤ। ਬੇਬੇ ਮੇਰੀ ਗੱਲ ਸੁਣੋ, ਪਹਿਲੇ ਦਿਨੋਂ ਖਿੱਚਿਆ ਹੁੰਦਾ ਨਾ, ਇਹ ਤਾਂ ਕੀ ਵਿਗੜ ਜਾਂਦਾ? ਉਹ ਤਾਂ ਮੈਂ ਨੀ ਜਮਣਾਇਆ, ਇਹਦੇ ਪਿਓ ਨੇ ਜਮਣਾਇਆ ਹੈਗਾ, ਜਮਣਾਇਆ ਇਹਦੇ ਪਿਓ ਨੇ, ਅੰਨੇ ਨੇ ਚਮਣਾਈਆਂ, ਮੱਖੀਆਂ ਸੰਜਾਖਿਆਂ ਨੂੰ ਦੁੱਖ ਦਿੰਦੀਆਂ ਨੇਗੀਆਂ। ਕੋਈ ਨੀ ਪੁੱਤ ਆਜੂਗਾ ਲੋਟ, ਚੰਗੀ ਰਹਿਮਾ ਮੁੰਡੇ, ਤੂੰ ਕਰਾ ਕਹਿ ਕੂ ਕੇ। ਮੇਰੀ ਗੱਲ ਸੁਣ, ਮੈਨੂੰ ਤਾਂ ਪਤਾ ਨੀ ਬੇਬੇ ਉਹਨੂੰ ਆ ਜਾਣ ਦੇ ਖੇਤੋਂ, ਆਪਾਂ ਬਹਿ ਕੇ ਗੱਲ ਕਰਦੇ ਭਾਈ, ਇਹ ਤਾਂ ਨਿਭਦੀ ਨੀ ਹੈਗੀ ਸਾਡੀ। ਚੱਲ ਛੋਟੀ ਮਰਜ਼ੀ ਹੈ ਪੁੱਤ, ਫਿਰ ਕਮਾ ਕੇ ਦਈਏ ਪੈਸੇ, ਚੱਲ ਤੂੰ ਆਰਾਮ ਕਰ ਲਾ, ਮੈਂ ਤਾਂ ਸੰਨੀ ਰਲਾਉਣੀ ਹੈਗੀ। ਮੈਂ ਰਲਾਉਂਦੀ ਹਾਂ ਪੁੱਤ, ਚੱਲ ਕੋਈ ਨੀ ਰਲਾ ਦੂੰਗੀ ਮੈਂ ਆਪੀ। ਕੀ ਕਰੇ ਬਚਾਈ, ਇਹਨੂੰ ਵੀ ਦੋਸ ਨੇ, ਸਾਰਾ ਕੰਮ ਧੰਦਾ ਗੱਲ ਪੈ ਰਿਹਾ, ਮੁੰਡੇ ਦੀ ਵੀ ਗਲਤੀ ਹੈ, ਮਾਮੋਟਾ ਤਾਂ ਕਰ ਸਕਦਾ ਗਾ। ਦੇਖ ਲਾ ਕੀ ਲੱਸਣ ਕਰਦਾ ਗਾ, ਚੰਬਲਿਆ ਹੋਇਆ, ਕੰਮ ਦਾ ਡੱਕਾ ਨੀ ਤੋੜਦਾ, ਸਾਰਾ ਦਿਨ ਟੌਰ ਭੋਰਿਆਂ ਤੇ ਤੁਰਿਆ ਫਿਰਦਾ, ਐ ਕਿੰਨਾ ਕੁ ਚਿਰ ਚੱਲੂਗਾ? ਬਥੇਰਾ ਚਿਰ ਦੇਖ ਲਿਆ, ਉਹ ਤਾਂ ਉਹੀ ਨਰਮਾ ਜਿਹੜਾ ਬੋਲਦਾ ਨੀ ਹੈਗਾ, ਜੇ ਕੋਈ ਹੋਰ ਹੁੰਦਾ ਨਾ ਹੁਣ ਨੂੰ ਇਹਨੂੰ ਲੋਟ ਕਰਕੇ ਧਰ ਦਿੰਦਾ, ਅੱਡ ਕਰਕੇ ਬਿਠਾ ਦਿੰਦਾ, ਭੁੱਖਾ ਮਰਦਾ ਇਹ ਤਾਂ, ਉਹਦੇ ਸਿਰ ਤੇ ਐਸ ਕਰਦਾ ਗਾ। ਚੱਲ ਕੋਈ ਗੱਲ ਨੀ, ਮੈਂ ਵੀ ਪਿਓ ਦੀ ਧੀ ਨੀ ਹੈਗੀ, ਜੇ ਇਹਨੂੰ ਨਾ ਸਿੱਧਾ ਕਰਾਂ ਤੱਕਲੇ ਵਾਂਗੂ, ਤੱਕਲੇ ਚ ਵਾਲ ਰਹਿ ਜੂ, ਇਹ ਚ ਵਾਲ ਨੀ ਰਹਿਣਾ, ਹਲੇ ਕਹਿੰਦਾ ਮੈਂ ਬਾਹਰੇ ਵਗ ਜੂੰਗਾ ਵੀਜ਼ਾ ਲਵਾ ਕੇ, ਬਾਹਰੇ ਤਾਂ ਤੂੰ ਕਰੀ ਖੜਾ ਕਮਾਂਦਰਾ, ਗੋਲਿਆਂ ਦੀ ਗੁਲਾਮੀ ਕਰਨੀ ਪੈਂਦੀ ਆ ਉੱਥੇ, ਇੱਥੇ ਤੂੰ ਵਿਹਲਾ ਖਾਨਾ, ਲੈ ਖਾ ਲਓ ਨੀ, ਕੱਟੀ ਜੀ ਵਾ ਕੇ ਬੰਨਦੀ ਆ ਮੈਂ ਕਿਹੜਾ, ਆਪ ਤਾਂ ਇਹਦੀ ਕਰਤੂਤ ਹੈ ਨੀ ਖਾਣ ਦੀ ਰੋਟੀਆਂ, ਇਹ ਮੈਨੂੰ ਲੱਗਦਾ ਬੇਬੇ ਦਾ ਵੀ ਛੱਛੜਾ ਭੰਨੂਗਾ, ਉਹਨੂੰ ਵੀ ਨੀ ਖਾਣ ਦੇਣੀਆਂ। ਲੋਕ ਕਹਿਣਗੇ ਨੂੰਹ ਪੁੱਤ ਮਾੜੇ ਨੇ, ਐ ਨੀ ਪਤਾ ਵੀ ਇਹਦੀ ਕਰਤੂਤ ਮਾੜੀ ਹੈ, ਨਲਾਇਕ ਕਿਸੇ ਥਾਂ ਦਾ। ਬਥੇਰਾ ਚਿਰ ਹੋ ਗਿਆ ਸਮਝਾਉਂਦਿਆਂ ਨੂੰ, ਐਂ ਤਾਂ ਤਾਣੀ ਲੋਟ ਨੀ ਆਉਂਦੀ, ਹੁਣ ਤਾਂ ਇੱਕ ਪਾਸਾ ਕਰਨਾ ਹੀ ਪਊਗਾ। ਚੱਲ ਕਰਦੀ ਆ ਮੈਂ ਰਣਜੀਤ ਨਾਲ ਗੱਲ ਕਿਰਾਂ, ਲੈ ਪਈ ਪਈ ਨਮੰਜਾ ਵੀ ਖਾ ਲੈਣਾ, ਕੋਈ ਦੁਖਣ ਲੱਗ ਜਾਂਦੀ ਹੈ, ਬਿੰਦ ਚਰਨੀ ਤੂੰ ਕੋਲ ਜਾ ਕੇ ਆਊਗੀ, ਮੈਨੂੰ ਸੰਨੀ ਦਾ ਰਲਾ ਤੀ ਅਮਨਾ। ਹਾਂ ਬੇਬੇ। ਉਹ ਤੂੰ ਮੈਂ ਤੇਰੀ ਮਾਸੀ ਕੋਲ ਜਾ ਕੇ ਆਉਣੀ ਆ, ਜਾ ਆ ਦਾਲ ਸਬਜ਼ੀ ਮੈਂ ਆ ਕੇ ਕਰ ਲੂ, ਬਿੰਦ ਚੜ ਗੱਲਾਂ ਬਾਤਾਂ ਕਰਕੇ ਢਿੱਡ ਹੌਲਾ ਹੋ ਜਾਂਦਾ। ਲਵਾ ਤਾਂ ਫੁੱਲਾ ਪਿਆ, ਲੱਗਦਾ ਬਿੱਟੂ ਘਰੀ ਆ। ਬਿੱਟੂ ਘਰੀ ਆ ਭਾਈ, ਸ਼ੇਰ ਬਗੇ ਕਹਾਂ ਆ ਜਾ, ਬਿੱਟੂ ਘਰੀ ਆ ਜਾ। ਸਤਿ ਸ੍ਰੀ ਅਕਾਲ ਬਾਪੂ। ਸਤਿ ਸ੍ਰੀ ਅਕਾਲ ਸ਼ੇਰਾ, ਸਤਿ ਸ੍ਰੀ ਅਕਾਲ। ਹੋਰ ਠੀਕ ਆ ਬਾਪੂ? ਵਧੀਆ, ਠੀਕ ਠੀਕ ਹੈ, ਵਧੀਆ ਵਧੀਆ। ਬਾਪੂ ਬਿੱਟੂ ਕਿੱਧਰ ਗਿਆ? ਬਿੱਟੂ ਤੜਕੇ ਦਾ ਗਿਆ ਸ਼ੇਰਾ, ਮੁੜ ਕੇ ਘਰੇ ਨੀ ਵੜਿਆ ਉਹ। ਮੇਰੀ ਗੱਲ ਸੁਣ ਸ਼ੇਰਾ,
ਤੂੰ ਤਾਂ ਨਿਕੰਮਾ ਹੈਗਾ ਤਾਂ ਫੌਜੀ ਨੂੰ ਵੀ ਨਿਕੰਮਾ ਕਰ ਲਿਆ, ਤੈਂ ਕੋਈ ਕੰਮ ਧੰਦਾ ਕਰ ਲਿਆ ਕਰੋ, ਠੀਕ ਹੈ ਕਿ ਨਹੀਂ? ਉਹਨੂੰ ਵੀ ਨਿਕੰਮਾ ਕਰਤਾ ਤਾ, ਤਾਂ ਸੌ ਹੱਥ ਰਸਤਾ ਤੇ ਸਿਰ ਤੇ ਗੰਢ ਤੇ ਸਾਡੇ ਘਰੇ ਨਾ ਆਇਆ ਕਰ ਸ਼ੇਰਾ। ਯਾਰ ਕੁਛ ਮਰਜ਼ੀ ਹੋ ਜੇ, ਅੱਜ ਤੋਂ ਬਾਅਦ ਨਹੀਂ ਇਹਨਾਂ ਦੇ ਘਰੇ ਆਉਣਾ। ਪਸ਼ੂਆਂ ਨੂੰ ਰਲਾਵਾਂ ਸੰਨੀ ਜਾ ਕੇ, ਇਹ ਨਹੀਂ ਪਤਾ ਧੁੱਪੇ ਖੜ੍ਹੇ ਹੋਣ, ਪਾਣੀ ਧਾਣੀ ਵੀ ਪਤਾ ਨਹੀਂ ਪੈ ਹੋਊ, ਪਤਾ ਨਹੀਂ ਨਾ। ਬੇਬੇ ਤੋਂ ਤਾਂ ਹੁਣ ਕੰਮ ਨਹੀਂ ਹੁੰਦਾ ਵਿਚਾਰੀ ਤੋਂ, ਸੰਨੀ ਤਾਂ ਰਲਾਈ ਪਈ ਆ ਹੈ ਨਾ। ਚੱਲ ਵਧੀਆ ਕਰਿਆ ਮੈਨੂੰ ਰਲਾ ਤੀ ਸੰਨੀ ਤਾਂ। ਲੈ ਕਿੱਦਾਂ ਦੇ ਕਹੀ ਜਾਂਦੇ ਸੀ ਵੀ ਕਰੇਲੇ ਬਣਾ ਲਓ ਕਰੇਲੇ ਬਣਾ ਲਓ, ਅੱਜ ਬਣਾ ਕੇ ਦੇ ਦਿੰਦੀ ਹਾਂ, ਚੱਲ ਇਹਨਾਂ ਦਾ ਵੀ ਜੀ ਨਾ ਰਹੇ। ਪਾਣੀ ਪਿਆ ਤਾ ਜੀ ਹੁਣ ਮੈਂ ਸਾਨੂੰ? ਪਾਣੀ ਪਿਆ ਤਾ ਜੀ, ਸੰਨੀ ਰਲਾ ਤੀ ਤੇ ਉਹ ਕੱਚੀ ਤਾਂ ਨਾ ਵਾਲੀ ਚੌੜ ਕਰਦੀ ਆ, ਮੈਂ ਬੰਨੀ ਨੀ ਹੈਗੀ, ਡਰਦੀ ਆ ਉਹਨੂੰ, ਤੁਸੀਂ ਬੰਨ ਦਿਓ। ਕੋਈ ਨਾ ਮੈਂ ਬੰਨ ਦਿੰਦਾ, ਆਹ ਭਾਂਡੇ ਜੇ ਧੋਣ ਵਾਲੇ ਆ। ਇਹ ਧੋ ਦੂੰ, ਕੋਈ ਗੱਲ ਨੀ, ਕਰੇਲੇ ਬਣਾਉਂਗਾ ਜਾ, ਕਰੇਲੇ ਬਣਾ ਲੈਣੇ ਵਾ। ਕਾਹਨੂੰ ਕਿਸੇ ਨੂੰ ਦੇਣਾ ਨੇ, ਜ਼ਰੂਰੀ ਮੁੱਲ ਦੀ ਸਬਜ਼ੀ ਲੈਣੀ, ਬਣਾ ਲਾਉਂ ਤਾਂ ਗਰਮੀ ਵਾਲੀ ਆ। ਫਿਰ ਹੁਣ ਕੀ ਕਰੀਏ, ਤੋੜ ਕੇ ਸਿੱਟੇ ਤਾਂ ਜਾਂਦੇ। ਲਿਆ ਤੂੰ ਮੇਰੇ ਵਾਸਤੇ, ਨਹੀਂ ਨਹੀਂ ਜੀ ਆ ਗਈ ਮੈਂ, ਬੈਠਾ ਮੈਂ ਪੱਖੇ ਮੂਹਰੇ। ਲੈ ਇਹ ਤਾਂ ਹੋ ਗਏ ਸੈੱਟ, ਮਾੜਾ ਜਿਹਾ ਪਾਣੀ ਜਾ ਹੋ ਜੂਗਾ ਟਿਕੇਰਾ, ਮੈਂ ਨਾ ਭਾਂਡੇ ਜੇ ਕਰਕੇ ਪਾਣੀ ਲੈ ਜਾ। ਆ ਲਓ ਜੀ ਪਾਣੀ। ਬਾਹਲੀ ਗਰਮੀ ਅੱਜ ਤਾਂ। ਰਾਮ ਗਿਆ ਝੋਨਾ? ਰਾਮ ਗਿਆ ਝੋਨਾ ਤਾਂ ਤਾਂ ਹੀ ਤਾਂ ਸਾਰਾ ਦਿਨ ਲੈ ਗਿਆ। ਲਾਈਟ ਭੱਜ ਗਈ, ਹੈਗੀ ਸੀ ਲਾਈਟ ਤਾਂ, ਮਹਾ ਚਾਰ ਪਸ਼ੂਆਂ ਨੂੰ ਸੰਨੀ ਸੁੰਨੀ ਰਲਾ ਦਾਂ ਜਾ ਕੇ। ਨਾ ਸੰਨੀ ਸੁੰਨੀ ਤਾਂ ਮੈਂ ਆਪੇ ਰਲਾਤੀ ਸੀਗੀ। ਬੇਬੇ ਕਿੱਧਰ ਵਾ ਗਈ? ਬੇਬੇ ਚਰਨਜੀਤ ਮਾਸੀ ਕੇ ਘਰੇ ਗਈ ਆ। ਮੈਂ ਚੱਲ ਜਾਇਆ ਉਹਦੇ 10 ਮਿੰਟ, ਕਿਹੜਾ ਕੋਈ ਕੰਮ ਆਗਾ। ਉਹ ਤਾਂ ਵੀ ਬੈਠਾ ਨਹੀਂ ਆਂਦਾ, ਇੰਨੀ ਗਰਮੀ ਆ ਵੀ ਤੂੰ ਘਰੇ ਬਹਿ ਜਾ। ਉਹ ਚੱਲ ਕੋਈ ਗੱਲ ਨਹੀਂ, ਹਾਂ ਨੂੰ ਹਾਂ ਪਿਆਰਾ ਹੁੰਦਾ, ਉਹਨੂੰ ਆਇਆ 10 ਮਿੰਟ ਉਹਦੇ ਨਾਲ ਗੱਲਾਂ ਬਾਤਾਂ ਕਰ ਆਉਂਗੀ। ਤੇ ਸੱਚ ਮੇਰੀ ਗੱਲ ਸੁਣਿਓ, ਉਹ ਬੱਲਾ ਆਇਆ ਸੀਗਾ ਜਦੋਂ ਬੇਬੇ ਸਾਨੂੰ ਚਾਹ ਬਣਾਉਣ ਗਈ ਆ, ਤੇ ਸਾਨੂੰ ਬੇਬੇ ਨੇ 5-4 ਹਜ਼ਾਰ ਰੁਪਇਆ ਪੁੱਛਿਆ ਤਾਂ ਨਹੀਂ ਹੈਗਾ? ਨਾ ਨਾ ਮੈਨੂੰ ਤਾਂ ਕੁਛ ਨਹੀਂ ਕਿਹਾ। ਤੇ ਉਹ ਕਹਿੰਦਾ ਮੈਨੂੰ 5,000 ਰੁਪਇਆ ਚਾਹੀਦਾ ਸਿਮਲੇ ਘੁੰਮਣ ਜਾਣਾ। ਮੈਂ 5,000 ਰੁਪਏ ਉਹਨੂੰ ਕਿੱਥੋਂ ਦੇਣਾ? ਰੋਜ਼ ਝਾੜਾ ਨਾ ਲੱਗਦੇ ਪੈਸੇ, ਰੋਜ਼ ਬੇਬੇ ਫੜਫੜ ਦੇਈ ਜਾਂਦੇ ਆ ਪੈਸੇ, ਹੁਣ ਮੈਨੂੰ ਕੀ ਪਤਾ ਨਹੀਂ। ਉਹਨੂੰ ਮਿਲਦੇ ਨੇ ਤਾਂ ਹੀ ਤਾਂ ਗਿੱਜ ਰਿਹਾ ਹੈਗਾ ਉਹ, ਕੰਮ ਦਾ ਡੱਕਾ ਨਹੀਂ ਤੋੜਦਾ। ਜੇ ਮੈਂ ਇੰਨੀ ਗੱਲ ਕਹਿਤੀ ਮੇਰੇ ਨਾਲ ਵੱਧੋ ਵੱਧ ਹੋ ਕੇ ਗਿਆ ਗਾ, ਮੈਂ ਤਾਂ ਕਹਿਤਾ ਫਿਰ ਭਾਈ ਆਪਦਾ ਪਾਸੇ ਹੋ ਜਾ, ਦੋ ਭਾਂਡੇ ਲੈ ਕੇ ਅੱਡ ਹੋ ਜਾ। ਹਾਂ ਫਿਰ ਕਹਿ ਆਪਦੀਆਂ ਪਕਾ ਲਿਆ ਕਰ ਤੇ ਖਾ ਲਿਆ। ਕਹਿੰਦਾ ਕਿ ਮੈਂ ਆਪਦੀ ਜ਼ਮੀਨ ਦੇ ਸਿਰ ਤੇ ਖਾਣਾ, ਤੁਹਾਡੇ ਸਿਰ ਤੇ ਥੋੜਾ ਖਾਣਾਗਾ। ਨਹੀਂ ਜ਼ਮੀਨ ਕੀ ਆਪੇ ਪੈਸੇ ਦਿੰਦੀ ਆ ਕਿ ਫਸਲ ਬੀਜਦੇ ਉਹਦੇ ਚ ਮਿਹਨਤ ਕਰਦੇ ਆਂਦੇ ਰਾਤ, ਤੂੰ ਆਪਦੀ ਬੀਜ ਲਾ ਤੇ ਭਾਈ ਆਪਦੇ ਪੈਸੇ ਕਮਾ ਲਾ ਕੇ। ਕਹਿੰਦਾ ਮੇਰੀ ਜ਼ਮੀਨ ਵੰਡ ਦੋ। ਬੇਬੇ ਨੂੰ ਕਹਿ ਕੇ ਵੰਡ ਕੇ ਦੇ ਦੂ, ਅਸੀਂ ਕੀ ਕਰਨੀ? ਹਾਂ ਸਾਨੂੰ ਕੀ ਲੋੜ ਆ? ਜੇ ਇਹਨੇ ਜ਼ਮੀਨ ਵੰਡ ਕੇ ਦੇਤੀ ਨਾ, ਇਹ ਤਾਂ ਦਿਨਾਂ ਦੇ ਵਿੱਚ ਫੂਕ ਮਾਰ ਦੂਗਾ ਆਪਣੇ। ਮੈਨੂੰ ਰੱਖੇ ਫੂਕ ਮਾਰੇ, ਚੱਲ ਚੁੱਪ ਕਰ ਬੀਬੇ ਆ ਗਈ। ਕਿਉਂ ਬੇਬੇ ਕਿੱਧਰ ਗਈ ਆ? ਇੱਥੋਂ ਵੀ ਬੇਬੇ ਟਿੱਕੇ ਨੀ ਬੈਠਾ ਜਾਂਦਾ ਗਰਮੀ ਚ। ਨਾ ਬੇਬੇ ਮੈਨੂੰ ਇੱਕ ਗੱਲ ਦੱਸ, ਤੂੰ ਤੂੰ ਬੱਲੇ ਨੂੰ ਕਹਿ ਨਹੀਂ ਸਕਦੀ, ਉਹਨੂੰ ਕਾਹਤੋਂ ਪੁੱਠਾ ਸਿੱਧਾ ਬੋਲਦਾ ਗਾ, ਤੇ ਕਹਿ ਨਹੀਂ ਸਕਦੀ ਤੂੰ ਉਹਨੂੰ? ਨਾ ਤਾਂ ਮੇਰੇ ਨਾਲ ਕੰਮ ਧੰਦਾ ਕਰਾਉਂਦਾ ਕੋਈ, ਉਹ ਬੇਬੇ ਜੇ ਮਹਾਰ ਪਹਿਲੇ ਦਿਨੋਂ ਖਿੱਚੀ ਹੁੰਦੀ ਨਾ, ਇੱਥੇ ਤੱਕ ਨੀ ਗੱਲ ਪਹੁੰਚਦੀ ਸੀ। ਹਲੇ ਕਹਿੰਦਾ ਰੌਲਾ ਪਾਇਆ ਵਾ ਨਾ, ਮੇਰੀ ਗੱਲ ਸੁਣ, ਆ ਹੁਣ ਕੀ ਜਲੂਸ ਕੱਢ ਕੇ ਗਿਆ ਭਾਈ, ਐ ਤਾਂ ਕੰਮ ਚੱਲਦਾ ਨੀ ਹੈਗਾ। ਆ ਦੇਖ ਲਾ ਕੰਮ ਦਾ ਤੂੰ ਡੱਕਾ ਨੀ ਤੋੜਦਾ ਹੋਵੇ, ਫਿਰ ਕੰਮ ਦਾ ਕਰਿਆ ਕਰ, ਬਰਾਬਰ ਕੰਮ ਕਰਾਇਆ ਕਰ। ਐਸ਼ੂਸ਼ ਬਾਈ ਫਿਰ ਐ ਨੀ ਚੱਲਦੀ, ਆਪਦਾ ਚੱਕੋ ਬਾਈ ਉੱਧਰ ਚਾਚਾ ਦਾ ਘਰ ਵਿਹਲਾ ਪਿਆ, ਫਿਰ ਤੁਸੀਂ ਉੱਧਰ ਵਗ ਜਾਓ।
ਮੇਰੀ ਗੱਲ ਸੁਣੋ, ਤੈਨੂੰ 2 ਕਿੱਲੇ ਵਾਹਣ ਦੇ ਆਉਣਗੇ ਵੰਡ ਕੇ, ਹੈ 2 ਕਿੱਲਾ 70,000, 1,40,000 ਆਊਗਾ। 1,40,000 ਨਾਲ ਤੂੰ ਕਿੱਥੋਂ ਸਾਰ ਲਿਆ ਸਾਲ ਭਰ? ਕਿਵੇਂ ਮਰਜ਼ੀ ਸਾਰ, ਬਸ ਮੇਰਾ ਵੀ ਸਾਰੇ ਲੋਣੀ ਰੱਬ ਨੇ ਚੁੰਜ ਲਾਈ ਹੈ ਨਾ, ਆਪੀ ਖਾਣ ਨੂੰ ਦੇਊਗਾ। ਅਸੀਂ ਤਾਂ ਆਪਦਾ ਕਰਕੇ ਖੜਾ ਕਰਾਂਗੇ, ਸਾਡਾ ਕਿਹੜਾ ਛੱਡੋ। ਲੋਕਾਂ ਯੂਜ਼ ਕਰਿਆ ਕਰੋ, ਜੇ ਤੂੰ ਕੰਮ ਕਰਦਾ ਅੱਜ ਰਾਤ ਕਿਤੇ ਕਿਤੇ ਵੱਧ ਜਾਂਦੇ। ਕੁੜੀ ਕੋਲ ਤਾਂ ਨੀ ਜਾਂਦਾ ਕੋਈ, ਅਸੀਂ ਜਾਂਦੇ ਹਾਂ ਦੁੱਖ ਸੁੱਖ ਚ ਕਿਤੇ, ਅਸੀਂ ਤਾਂ ਅਸੀਂ ਜਾਂਦੇ ਹਾਂ। ਇਹ ਗੱਲਾਂ ਜਿਹੜਾ ਕਿੱਧਰ ਕਿੱਧਰ ਲੈ ਜਾਂਦੇ ਮੰਨ ਲੈ ਕੇ ਕਹਿੰਦੇ ਆ, ਜੇ ਮੇਰੇ ਬਰਾਬਰ ਕੰਮ ਕਰਾਵੇ ਫਿਰ ਗੱਲਾਂ ਕਰਦੇ ਹੋ। ਚਲੋ ਕੋਈ ਨਿਸ਼ਾਨਾ ਕਰਿਆ ਕਰੋ, ਆਪਦੇ ਘਰ ਦੇ ਨਿਸ਼ਾਨਾ ਮਾਰ। ਬੇਬੇ ਮੈਂ ਰਿਸਕ ਕੀ ਕਰੀ ਯਾਰ, ਨੀਸੀ ਆਪ ਤੇ ਜਦੋਂ ਆਏ ਤੁਰਾ ਲੱਗਦਾ ਗਾ, ਇਹ ਵੀ ਮੁੰਡਾ ਹੀ ਇਹਦੇ ਨਾਲ ਦੰਦੇ ਕੰਮ ਕਰਦਾ। ਉਹ ਕੋਈ ਨਹੀਂ ਕਰ ਦੂੰਗਾ ਮੈਂ, ਬਥੇਰੀ ਉਮਰ ਪਈ ਹੈ ਕੰਮ ਕਰਨ ਦੀ। ਆਈ ਨਹੀਂ ਹੋਵੇ ਯਾਰ, ਤੋਂ ਵੱਡਾ ਨੂੰ ਕਿਸੇ ਨੂੰ ਪਾਏ ਬਈ ਕੋਈ ਨਹੀਂ ਕਰਦਾ, ਤੂੰ ਕਹਿੰਦਾ ਮੈਂ ਕੰਮ ਤੇ ਲੱਗਦਾ। ਇੰਨਾ ਤਾਂ ਕਹਿਣਾ ਨੀ, ਜੇ ਇੰਨਾ ਕਹਿਣਾ ਨਾ ਹੁੰਦੇ ਹੁਣ ਆਪਾਂ ਕਿਤੇ ਦੀ ਕਿਤੇ ਪਹੁੰਚ ਜਾਂਦੇ। ਲੋਕ ਕੋਠੀਆਂ ਪਾਈ ਬੈਠੇ ਨੇ। ਫਿਰ ਤੇਰੇ ਮੂਹਰੇ 2 ਬੰਨੇ ਹੱਥ, ਤੂੰ ਕਲੇਸ਼ ਨਾ ਪਵਾ ਕਰੇ। ਇਹਨੂੰ ਕਹਿ ਭਾਈ ਜਾਂ ਤਾਂ ਕੰਮ ਕਰ ਲੈ ਸਿੱਧਾ, ਉਹ ਕਹਿੰਦਾ ਨਹੀਂ ਇਹਦਾ ਵਿਆਹ ਵੂ ਕਰਕੇ ਇਹਨੂੰ ਅੱਡ ਕਰ ਦੇ ਭਰਾ, ਠੀਕ ਆ। ਇਹ ਤਾਂ ਨਲਾਇਕ ਹੈਗਾ, ਸਿਰੇ ਦਾ ਜਮਾ ਹੈਗਾ ਜਿਹੜਾ ਹੈਗਾ। ਅਗੇ ਇਹਨਾਂ ਦਾ ਵਿਆਹ ਕਰਾਉਂਦਾ ਨੀ, ਉਹ ਚਾਚਾ ਦਾ ਘਰ ਵਿਹਲੇ ਪਏ। ਨਹੀਂ ਭਾਈ, ਆਪਦੇ ਚੱਕੇ ਦੋਨੇ ਮਾਂ ਪੁੱਤ ਉੱਧਰ ਵਗ ਜਾਓ, ਉਹਦੇ ਪਕਾ ਲਿਆ ਕਰੋ ਤੇ ਖਾ ਲਿਆ ਕਰੋ। ਕਰਤੂਤ ਨੀ ਹੈਗੀ ਬਰਾਬਰ ਦਾ ਹੋਣ ਦੀ, ਨਾਲੇ ਅਸੀਂ ਕਰਕੇ ਖਮਾਈਏ, ਨਾਲੇ ਅਸੀਂ ਮਾੜਾ ਕਹਾਈਏ। ਦੇਖ ਲੈ ਪੁੱਤ, ਜੇ ਤੂੰ ਕੰਮ ਕਰਦਾ ਹੋਵੇ ਕਿਉਂ ਤੈਨੂੰ ਉਹ ਬੋਲਣ ਦੋਸਤ ਉਹਨਾਂ ਨੂੰ ਵੀ, ਪਰ ਜਿਹੜੇ ਉਹਨਾਂ ਤੂੰ ਰਲਿਆ ਬੰਦਾ ਪੰਜਾਬ ਦਾ ਕਿੰਨਾ ਦੇ ਮਾਲਕ ਨੇ, ਤੂੰ ਉਹਨਾਂ ਦੀ ਕੀ ਯੂਜ ਕਰੇਗਾ? ਜੇ ਤੂੰ ਵਿਆਹ ਜਾਵੇ ਤਾਂ ਮੇਰਾ ਵੀ ਕਾਰਜਾ ਸਾਜੇ, ਦੋਨੇ ਭਾਈ ਇੱਕੋ ਜਿਹੇ ਹੋ ਜਾਓ। ਨਹੀਂ ਭਾਈ ਇਹ ਗੱਲਾਂ ਕਰਨੀਆਂ ਨੇ, ਮੈਂ ਤਾਂ ਤੇਰੇ ਮੂਹਰੇ ਬੰਨੇ ਹੱਥ, ਮੈਂ ਤਾਂ ਕੁੜੀ ਕੋਲੇ ਵੱਗ ਦੂੰ, ਮੁੜ ਕੇ ਭੈਣ ਦਰਦੀ। ਨਾ ਨਾ ਬੇਬੇ, ਮੇਰੇ ਮੂਹਰੇ ਹੱਥ ਨਾ ਮੰਨ, ਮੈਨੂੰ ਪਤਾ ਲੱਗ ਗਿਆ ਕਿ ਸਹੀ ਹੈ ਕਿ ਗਲਤ ਹੈ। ਪਰ ਜੇ ਮੈਂ ਕੰਮ ਨਹੀਂ ਕਰਦਾ ਤਾਂ ਹੀ ਬੇਬੇ ਮੈਨੂੰ ਲੋਕ ਨਿਕੰਮਾ ਕਹਿੰਦੇ ਨੇ, ਕਹਿੰਦੇ ਨੇ ਵੀ ਕੁੱਤਿਆਂ ਵਾਂਗੂ ਭੌਂਕਦਾ ਫਿਰਦਾ। ਪਰ ਬੇਬੇ ਸਾਰੀਆਂ ਕਮੀਆਂ ਮੇਰੇ 'ਚ ਹੀ ਨੇ, ਮੇਰੇ 'ਚ ਹੀ ਗਲਤੀਆਂ ਨੇ ਸਾਰੀਆਂ। ਬੇਬੇ ਮੇਰੇ ਭਾਈ ਦੇ ਬਰਾਬਰ ਮੈਂ ਕੰਮ ਕਰੂੰਗਾ, ਕਾਮਯਾਬ ਹੋ ਕੇ ਦਿਖਾਊਂਗਾ ਲੋਕਾਂ ਨੂੰ। ਪਰ ਤੇਰੇ ਪੁੱਤ ਨੂੰ ਅੱਜ ਤੋਂ ਬਾਅਦ ਕੋਈ ਨਿਕੰਮਾ ਨਹੀਂ ਕਹਿੰਦਾ, ਕੋਈ ਨਿਕੰਮਾ ਨਹੀਂ ਕਹਿੰਦਾ।